ਮੈਂ ਐਕਚੁਅਲੀ ਕੈਨੇਡਾ ਜਾਣਾ ਚਾਹੁੰਦਾ ਸੀਗਾ ਆਪਣੀ ਸਟੱਡੀ ਤੋਂ ਬਾਅਦ, ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਰੋਕਿਆ, ਕਹਿੰਦੇ ਕਿ ਤੂੰ ਆਪਣਾ ਕੰਮ ਕਰ, ਹੈ ਨਾ, ਨੌਕਰੀ ਵੱਲ ਮੇਰਾ ਕੋਈ ਬਹੁਤਾ ਰੁਝਾਨ ਵੀ ਨਹੀਂ ਸੀਗਾ ਕਿ ਹੈ ਨਾ, ਗੋਟ ਫਾਰਮ ਇੱਕ ਬਹੁਤ ਵਧੀਆ ਬਿਜ਼ਨਸ ਹੈ, ਇਹਦੇ ਵਿੱਚ ਤੁਸੀਂ ਪ੍ਰੋਡਕਸ਼ਨ ਕਰਦੇ ਹੋ, ਤਾਂ ਮੈਂ ਸੋਚਦਾ ਕਿ ਸਿਰਫ ਬਰੀਡਿੰਗ ਹੀ ਇੱਕ ਕੰਮ ਨਹੀਂ ਹੈਗਾ, ਇਹਦੇ ਵਿੱਚ ਤੁਸੀਂ ਗੋਟ ਚੀਜ਼ ਬਣਾ ਸਕਦੇ ਹੋ, ਉਹਦਾ ਘਿਓ ਤਿਆਰ ਕਰ ਸਕਦੇ ਹੋ, ਸਪਲਾਈ ਕਰੋ, ਖੁਦ ਹੀ ਮਾਰਕੀਟ ਬਣਾਓ। ਮੈਨੂੰ ਨਹੀਂ ਲੱਗਦਾ ਕਿ ਬਾਹਰ ਇੰਨੀ ਕਮਾਈ ਹੋ ਸਕਦੀ ਹੈ ਜੇ ਤੁਹਾਡਾ ਆਪਦਾ ਬਿਜ਼ਨਸ ਹੋਊਗਾ। ਬਿਜ਼ਨਸ ਬਣਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਜੇ ਸੋਚੋਗੇ ਵੀ ਆਪਣੀ ਪ੍ਰੋਡਕਸ਼ਨ ਕਰ ਲਈ, ਬੱਚੇ ਬਣਾ ਲਏ ਵੇਚਤੇ ਗੋਟ ਦੇ, ਹੈ ਨਾ, ਬੱਚੇ ਆ ਕੇ ਵੇਚਤੇ, ਬੱਚੇ ਆ ਕੇ ਵੇਚ ਗਏ, ਮੇਰਾ ਨਾਮ ਦਿਲਜੀਤ ਸਿੰਘ ਹੈ ਜੀ, ਅਤੇ ਮੈਂ ਇਸੇ ਸਾਲ ਆਪਣੀ ਐਗਰੀਕਲਚਰ ਕੰਪਲੀਟ ਕੀਤੀ ਹੈ, BSc ਐਗਰੀਕਲਚਰ ਦਾ ਸਟੂਡੈਂਟ ਹਾਂ ਮੈਂ, ਖਾਲਸਾ ਕਾਲਜ ਤੋਂ ਕੰਪਲੀਟ ਕੀਤੀ ਹੈ। ਅਤੇ ਮੈਂ ਐਕਚੁਅਲੀ ਕੈਨੇਡਾ ਜਾਣਾ ਚਾਹੁੰਦਾ ਸੀਗਾ ਆਪਣੀ ਸਟੱਡੀ ਤੋਂ ਬਾਅਦ, ਤਾਂ ਮੇਰੇ ਫਾਦਰ ਸਾਹਿਬ ਨੇ ਮੈਨੂੰ ਰੋਕਿਆ, ਕਹਿੰਦੇ ਕਿ ਤੂੰ ਆਪਣਾ ਕੰਮ ਕਰ, ਹੈ ਨਾ, ਨੌਕਰੀ ਵੱਲ ਮੇਰਾ ਕੋਈ ਬਹੁਤਾ ਰੁਝਾਨ ਵੀ ਨਹੀਂ ਸੀਗਾ, ਹਾਲਾਂਕਿ ਮੈਂ ਹੁਣ ਨੌਕਰੀ ਕਰ ਰਿਹਾ, ਪਰ ਮੇਰਾ ਰੁਝਾਨ ਨਹੀਂ। ਨੌਕਰੀ ਦੇ ਵਿੱਚ ਤੁਸੀਂ ਕਮਾਈ ਕਰ ਸਕਦੇ ਹੋ, ਆਪਣੇ ਬੱਚੇ ਪੜ੍ਹਾ ਸਕਦੇ ਹੋ, ਆਪਣੇ ਘਰ ਦਾ ਖਰਚਾ ਚਲਾ ਸਕਦੇ ਹੋ, ਪਰ ਆਪਣੀ ਜ਼ਿੰਦਗੀ ਦੇ ਸ਼ੌਂਕ ਨਹੀਂ ਪੁਗਾ ਸਕਦੇ, ਉਹ ਸਿਰਫ ਇੱਕ ਬਿਜ਼ਨਸ ਦੇ ਵਿੱਚ ਹੀ ਹੋ ਸਕਦਾ। ਬਿਜ਼ਨਸ ਦੇ ਵਿੱਚ ਜਿਵੇਂ ਅੱਜ ਤੁਹਾਨੂੰ ਜਾਣਕਾਰੀ ਮਿਲੀ ਹੈ ਕਿ ਹੈ ਨਾ, ਗੋਟ ਫਾਰਮ ਇੱਕ ਬਹੁਤ ਵਧੀਆ ਬਿਜ਼ਨਸ ਹੈ, ਇਹਦੇ ਵਿੱਚ ਤੁਸੀਂ ਪ੍ਰੋਡਕਸ਼ਨ ਕਰਦੇ ਹੋ, ਤਾਂ ਮੈਂ ਸੋਚਦਾ ਕਿ ਸਿਰਫ ਬਰੀਡਿੰਗ ਹੀ ਇੱਕ ਕੰਮ ਨਹੀਂ ਹੈਗਾ, ਇਹਦੇ ਵਿੱਚ ਤੁਸੀਂ ਗੋਟ ਚੀਜ਼ ਬਣਾ ਸਕਦੇ ਹੋ, ਉਹਦਾ ਘਿਓ ਤਿਆਰ ਕਰ ਸਕਦੇ ਹੋ, ਸਪਲਾਈ ਕਰੋ, ਖੁਦ ਹੀ ਮਾਰਕੀਟ ਬਣਾਓ। ਸਾਡੀ ਜਦੋਂ ਐਗਰੀਕਲਚਰ ਸਾਨੂੰ ਮਤਲਬ ਕਿ ਪੜ੍ਹਾ ਰਹੇ ਸੀਗੇ, ਤਾਂ ਇੱਕ ਲੈਕਚਰਰ ਆਏ ਸਾਡੇ, PAU ਤੋਂ ਆਏ ਸੀਗੇ, ਉਹਨਾਂ ਨੇ ਸਾਨੂੰ ਇੱਕ ਕੁਸ਼ਚਨ ਪੁੱਛਿਆ, ਕਹਿੰਦੇ ਕਿ ਇਹ ਜਿਹੜੇ 3 ਖੇਤੀ ਕਾਨੂੰਨ ਨੇ ਪਾਸ ਕੀਤੇ ਨੇ, ਕੀ ਇਹ ਸਹੀ ਨੇ? ਤਾਂ ਬੀਇੰਗ ਅ ਪੰਜਾਬੀ ਅਸੀਂ ਕਿਹਾ ਕਿ ਨਹੀਂ ਜੀ, ਸਹੀ ਨਹੀਂ ਹੈਗੇ, ਵਿਰੋਧ ਬਹੁਤ ਹੋ ਰਿਹਾ, ਗੱਲ ਸੱਚੀ ਹੈ। ਪਰ ਉਹ ਕਹਿੰਦੇ ਗੱਲ ਸਹੀ ਹੈ, ਗਲਤ ਨੇ, ਪਰ ਇਹ ਹੋਣਗੇ ਜ਼ਰੂਰ, ਅੱਜ ਨਹੀਂ ਹੋਏ ਪਾਸ, ਕੱਲ੍ਹ ਹੋ ਜਾਣਗੇ, ਕੱਲ੍ਹ ਨਹੀਂ ਹੋਏ 2 ਸਾਲ ਬਾਅਦ ਹੋ ਜਾਣਗੇ। ਕਾਰਨ, ਸਰਕਾਰ 'ਤੇ ਸਟ੍ਰੈਸ ਬਹੁਤ ਹੈ, ਤੁਹਾਨੂੰ ਆਪਣੇ ਕੰਮ, ਆਪਣੇ ਕਿੱਤੇ ਆਪਣੇ ਹੱਥ 'ਚ ਲੈਣੇ ਪੈਣਗੇ, ਆਪਣੀ ਪ੍ਰੋਡਕਸ਼ਨ ਖੁਦ ਕਰੋ, ਆਪਣੀ ਮਾਰਕੀਟ ਬਣਾਓ, ਖੁਦ ਦਾ ਬ੍ਰਾਂਡ ਬਣਾਓ, ਖੁਦ ਸੈੱਲ ਕਰੋ, ਠੀਕ ਹੈ, ਉਹ 'ਚ ਕਮਾਈ ਜ਼ਿਆਦਾ। ਹੁਣ ਕਿਸਾਨ ਆਪਣੀ ਖੂਨ ਪਸੀਨੇ ਦੀ ਕਮਾਈ ਨਾਲ ਆਪਣੀ ਪ੍ਰੋਡਕਸ਼ਨ ਕਰਦਾ, ਉਸ ਪ੍ਰੋਡਕਸ਼ਨ ਨੂੰ ਸਰਕਾਰ ਨੂੰ ਦੇ ਦਿੰਦਾ MSP 'ਤੇ, ਜਾਂ ਕਿਸੇ ਨੂੰ ਸੈੱਲ ਕਰ ਦਿੰਦਾ, ਠੀਕ ਹੈ, ਵੇਚਦਾ ਬੰਦਾ ਹੋਰ ਜ਼ਿਆਦਾ ਰੇਟ 'ਤੇ ਅੱਗੇ ਆਪਣੀ ਫਸਲ ਸੈੱਲ ਕਰ ਦਿੰਦਾ, ਸਾਰਾ ਮੁਨਾਫਾ ਤਾਂ ਉਹਦਾ ਹੋਇਆ ਨਾ, ਮਿਹਨਤ ਤੁਸੀਂ ਕਰਦੇ ਰਹਿ ਗਏ 6 ਮਹੀਨੇ 7 ਮਹੀਨੇ। ਤੁਹਾਨੂੰ ਚਾਹੀਦਾ ਕਿ ਤੁਸੀਂ ਪ੍ਰੋਡਕਸ਼ਨ ਕਰੋ, ਆਪਦੇ ਪ੍ਰੋਡਕਟ ਤਿਆਰ ਕਰੋ। ਮੇਰਾ ਸਿਰਫ ਬੱਕਰੀ ਫਾਰਮ ਦਾ ਹੀ ਟਾਰਗੇਟ ਨਹੀਂ ਹੈਗਾ, ਮੈਂ ਸੋਚ ਰਿਹਾ ਉਸ ਤੋਂ ਬਾਅਦ ਅਜ਼ੋਲਾ ਵੀ ਕਰੂੰਗਾ, ਤਾਂ ਇੱਕ ਹੋਰ ਖੇਤੀ ਹੈ ਸਪਾਇਰੋਲੀਨਾ ਦੀ ਖੇਤੀ, ਜਿਵੇਂ ਆਪਣੇ 'ਚ ਬੱਚਿਆਂ ਦੇ ਵਿੱਚ ਕਾਈ ਹੋ ਜਾਂਦੀ ਹੈ ਨਾ ਜੀ, ਉਵੇਂ ਸਪਾਇਰੋਲੀਨਾ ਇੱਕ ਸਪੀਸ਼ੀਜ਼ ਹੈ, ਉਹ ਬਹੁਤ ਮਹਿੰਗੀ ਵਿਕਦੀ ਹੈ, ਜ਼ਿਆਦਾਤਰ ਜਦੋਂ ਜਿਹੜੇ ਫਿਸ਼ ਫਾਰਮਿੰਗ ਕਰਦੇ ਨੇ, ਜਾਂ ਜਿਹੜੇ ਝੀਂਗਿਆਂ ਦੀ ਫਾਰਮਿੰਗ ਕਰਦੇ ਨੇ, ਉਹ ਜਿਹੜੀ ਫੀਡ ਲੈਂਦੇ ਉਹਦੇ ਵਿੱਚ ਸਪਾਇਰੋਲੀਨਾ ਵੀ ਐਡਿਡ ਹੁੰਦਾ, ਇਹਦੇ ਹਿਊਮਨ ਕੰਜ਼ਪਸ਼ਨ ਲਈ ਵੀ ਕੈਪਸੂਲ ਬਣਦੇ ਨੇ, ਬਹੁਤ ਮਹਿੰਗੀ ਵਿਕਦੀ ਹੈ, ਤਾਂ ਮੈਂ ਉਹ ਵੀ ਕਰੂੰਗਾ। ਉਸ ਤੋਂ ਬਾਅਦ ਅਗਰ ਹੋ ਸਕਿਆ ਤਾਂ ਐਵੋਕਾਡੋ ਦੀ ਖੇਤੀ ਵੀ ਮੈਂ ਸ਼ੁਰੂ ਕਰੂੰਗਾ। ਇਹ ਪ੍ਰੋਡਕਟ ਬੇਸ਼ੱਕ ਫੋਰਨ ਦੇ ਨੇ, ਲੋਕਲ ਨਹੀਂ ਹੈਗੇ, ਇਸੇ ਕਰਕੇ ਮਹਿੰਗੇ ਵਿਕਦੇ ਨੇ। ਆਪਦੀ ਟਰਾਂਸਪੋਰਟੇਸ਼ਨ ਰੱਖੋ, ਦਿੱਲੀ ਮੁੰਬਈ, ਠੀਕ ਹੈ, ਗੁਜਰਾਤ ਤੱਕ, ਵੱਡੇ ਵੱਡੇ ਸ਼ਹਿਰਾਂ, ਦਿੱਲੀ ਤੱਕ ਤੁਸੀਂ ਸਪਲਾਈ ਕਰੋ, ਇਹਨੂੰ ਆਪਦੀ ਮਾਰਕੀਟ ਬਣਾਓਗੇ, ਬਥੇਰਾ ਪੈਸਾ ਬਣੇਗਾ ਇਹਨਾਂ ਚੀਜ਼ਾਂ ਦੇ ਵਿੱਚ। ਮੈਨੂੰ ਨਹੀਂ ਲੱਗਦਾ ਕਿ ਬਾਹਰ ਇੰਨੀ ਕਮਾਈ ਹੋ ਸਕਦੀ ਹੈ ਜੇ ਤੁਹਾਡਾ ਆਪਦਾ ਬਿਜ਼ਨਸ ਹੋਊਗਾ। ਬਿਜ਼ਨਸ ਬਣਾਉਣਾ ਬਹੁਤ ਜ਼ਰੂਰੀ ਹੈ। ਤੁਸੀਂ ਜੇ ਸੋਚੋਗੇ ਵੀ
ਆਪਣੀ ਪ੍ਰੋਡਕਸ਼ਨ ਕਰ ਲਈ, ਬੱਚੇ ਬਣਾ ਲਏ ਵੇਚਤੇ ਗੋਟ ਦੇ, ਹੈ ਨਾ, ਬੱਚੇ ਆ ਕੇ ਵੇਚਤੇ, ਬੱਚੇ ਆ ਕੇ ਵੇਚ ਗਏ, ਉਸ ਤੋਂ ਅੱਗੇ ਜੇ ਨਹੀਂ ਲੰਘੇ, ਅਪਗ੍ਰੇਡ ਨਹੀਂ ਹੋਏ, ਐਵੋਲਿਊਸ਼ਨ ਨਹੀਂ ਹੋਊਗੀ, ਠੀਕ ਹੈ, ਉੱਥੇ ਹੀ ਠਹਿਰ ਜਾਓਗੇ ਕੁਛ ਟਾਈਮ ਤੱਕ, ਤੁਹਾਡਾ ਉਨ੍ਹਾਂ ਕੁ ਮੁਨਾਫ਼ਾ ਬਣੀ ਜਾਊਗਾ, ਉਸ ਤੋਂ ਬਾਅਦ ਮੁਨਾਫ਼ਾ ਆਉਣਾ ਬੰਦ ਹੋ ਜਾਏਗਾ। ਅਪਗ੍ਰੇਡ ਹੋਣਾ ਬਹੁਤ ਜ਼ਰੂਰੀ ਹੈ, ਤੁਸੀਂ ਨਵੀਂ ਨਵੀਂ ਚੀਜ਼ਾਂ ਸਿੱਖੋ, ਮੇਨ ਤਾਂ ਇਹ ਚੀਜ਼ਾਂ ਨੇ। ਮੈਂ ਵੀ ਟਰਾਈ ਕਰੂੰਗਾ, ਅਜੇ ਮੈਂ ਐਕਸਪੀਰੀਅੰਸ ਮੇਰੇ ਖਿਆਲ ਤੁਹਾਡੇ ਸਾਰਿਆਂ 'ਚ ਬਹੁਤ ਘੱਟ ਹਾਂ, ਕੁਛ ਤਾਂ ਬੱਕਰੀ ਫਾਰਮ ਹੈਗੇ ਵੀ ਨੇ, ਕਈਆਂ ਨੂੰ ਬਚਪਨ ਦੇ ਵਿੱਚ ਬੱਕਰੀਆਂ ਪਾਲੀਆਂ ਸੀ ਤਾਂ ਉਹਨਾਂ ਨੂੰ ਐਕਸਪੀਰੀਅੰਸ ਹੈਗਾ, ਮੈਨੂੰ ਨਹੀਂ ਹੈਗਾ। ਮੈਂ ਸਿੱਖੂੰਗਾ ਅਤੇ ਮੈਂ ਅਪਗ੍ਰੇਡ ਕਰਦਾ ਰਹੂੰਗਾ ਟਾਈਮ ਟੂ ਟਾਈਮ, ਬੱਕਰੀਆਂ ਦੀ ਨਵੀਂ ਸਪੀਸ਼ੀਜ਼ ਵੀ ਲਿਆਊਂਗਾ, ਠੀਕ ਹੈ। ਉਸ ਤੋਂ ਬਾਅਦ ਪ੍ਰੋਡਕਟਸ ਤੁਹਾਨੂੰ ਦੱਸਿਆ ਜੋ ਗੋਟ ਦੇ ਬਣਦੇ ਨੇ, ਮੈਂ ਉਹ ਵੀ ਬਣਾਊਂਗਾ, ਖੁਦ ਹੀ ਮਾਰਕੀਟ ਬਣਾ ਕੇ ਖੁਦ ਸੈੱਲ ਕਰੂੰਗਾ ਅਤੇ ਖੁਦ ਮੁਨਾਫ਼ਾ ਲਊਂਗਾ। ਬਹੁਤ ਬਹੁਤ ਸਤਿ ਸ਼੍ਰੀ ਅਕਾਲ ਜੀ। ਟ੍ਰੇਨਿੰਗ ਸਰ ਬਹੁਤ ਵਧੀਆ ਲੱਗੀ ਮੈਨੂੰ, ਮੇਰੀ ਪਹਿਲੀ ਟ੍ਰੇਨਿੰਗ ਹੈ ਤਾਂ ਮੈਂ ਕੰਪੇਅਰ ਨਹੀਂ ਕਰ ਸਕਦਾ ਕਿਸੇ ਹੋਰ ਟ੍ਰੇਨਿੰਗ ਨਾਲ, ਜੀ ਮੈਂ ਕਹਾਂ ਵੀ ਉੱਥੇ ਗਿਆ ਸੀਗਾ ਉੱਥੇ ਟ੍ਰੇਨਿੰਗ ਥੋੜ੍ਹੀ ਘੱਟ ਵਧੀਆ ਸੀਗੀ, ਇੱਥੇ ਜ਼ਿਆਦਾ ਵਧੀਆ ਹੈ। ਬਹੁਤ ਵਧੀਆ ਟ੍ਰੇਨਿੰਗ ਲੱਗੀ ਅਤੇ ਮੈਨੂੰ ਨਹੀਂ ਲੱਗਦਾ ਕਿ ਇਸ ਤੋਂ ਬਾਅਦ ਟ੍ਰੇਨਿੰਗ ਦੀ ਲੋੜ ਪਏਗੀ ਮੈਨੂੰ ਕੋਈ, ਠੀਕ ਹੈ, ਸੁਝਾਵ ਦੀ ਲੋੜ ਪਏਗੀ, ਡਾਕਟਰ ਸਾਹਿਬ ਹੈਗੇ ਨੇ, ਫੋਨ ਕਰਕੇ ਪੁੱਛ ਸਕਦੇ ਹਾਂ, ਠੀਕ ਹੈ ਜੀ, ਕੋਈ ਸਹਾਇਤਾ ਦੀ ਲੋੜ ਹੈ, ਦਿਨ ਰਾਤ ਫੋਨ ਕਰੋ, ਅਗਲੇ ਨੇ ਆਪਾਂ ਨੂੰ ਕਿਹਾ ਸਾਰਿਆਂ ਨੂੰ, ਤਾਂ ਇਹਨਾਂ ਦੀ ਸਹਾਇਤਾ ਤਾਂ ਲੈਣੀ ਪੈਣੀ ਹੈ ਕਿਉਂਕਿ ਇਹ ਆਪਣੇ ਤੋਂ ਜ਼ਿਆਦਾ ਐਕਸਪੀਰੀਅੰਸਡ ਨੇ, ਅਤੇ ਕਿਸੇ ਟਾਈਮ ਲੋੜ ਪਵੇ ਤਾਂ ਆਪ ਵੀ ਖੁਦ ਅੱਗੇ ਵੀ ਐਜੂਕੇਟ ਕਰੂੰਗਾ ਲੋਕਾਂ ਨੂੰ, ਤਾਂ ਕਿ ਇਹ ਬਿਜ਼ਨਸ ਹੋਰ ਅੱਗੇ ਵਧੇ, ਅਤੇ ਇਹੀ ਮੇਰੇ ਵਿਚਾਰ ਸੀਗੇ ਜੀ। ਸਤਿ ਸ਼੍ਰੀ ਅਕਾਲ ਜੀ।